ਸਟੱਡੀ ਐਂਡ ਸੈਟਲ ਇਨ ਡੈਨਮਾਰਕ ਵਿਦ ਫੈਮਲੀ। ਅੱਜ ਇੱਕ ਹੋਰ ਵੀਜ਼ਾ ਆਇਆ ਜੀ ਸਾਡਾ ਕਰਮਵੀਰ ਕੌਰ ਦਾ, ਅਮਰਗੜ੍ਹ ਕਲੇਰ ਵਿਲੇਜ ਜੋ ਕਿ ਜਗਰਾਉਂ ਦੇ ਕੋਲੇ ਹੈ। ਉਹਨਾਂ ਦੇ ਹਸਬੈਂਡ ਪ੍ਰਗਟ ਨੂੰ ਪੁੱਛਾਂਗੇ ਕਿ ਕਿਵੇਂ ਉਹਨਾਂ ਦਾ ਐਕਸਪੀਰੀਅੰਸ ਰਿਹਾ। ਪ੍ਰਗਟ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸਾਡੇ ਨਾਲ ਤੁਹਾਡਾ? ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਵੀ, ਸਾਨੂੰ ਕੋਈ ਇੰਨਾ ਜ਼ਿਆਦਾ ਕਰਨਾ ਨਹੀਂ ਪਿਆ, ਟੱਕਰਾਂ ਨਹੀਂ ਮਾਰਨੀਆਂ ਪਈਆਂ, ਗੇੜੇ ਤਾਂ ਨਹੀਂ ਮਾਰਨੇ ਪਏ ਤੁਹਾਨੂੰ ਸਾਡੇ ਕੋਲੇ? ਜਮਾਂ ਗੇੜੇ ਨੂੰ ਇੱਕ ਦੋ ਵਾਰ ਆਉਣਾ ਪਿਆ ਸਾਨੂੰ, ਸਾਡਾ ਛੇਤੀ ਤੋਂ ਛੇਤੀ ਵੀਜ਼ਾ ਆ ਗਿਆ, ਜਿੰਨਾ ਐਸਟੀਮੇਟ ਹੋਉਂਦੇ ਹੋ ਮੈਨੂੰ। ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜਿਹੜੇ ਕੰਸਲਟੈਂਸੀ ਚਾਰਜਿਸ ਉਹ ਵੀ ਅਸੀਂ ਪਹਿਲਾਂ ਨਹੀਂ ਲੈਂਦੇ ਤੁਸੀਂ, ਤੁਹਾਨੂੰ ਵੀ ਤੁਹਾਡੇ ਨਾਲ ਵੀ ਇਹੀ ਡੀਲ ਹੋਇਆ ਸੀ, ਸਭ ਕੁਝ ਕਲੈਰਿਟੀ 'ਚ ਅਸੀਂ ਕੰਮ ਕੀਤਾ ਹੈਗਾ। ਸੋ ਐਵਰੀਥਿੰਗ ਇਜ਼ ਇਨ ਰਿਟਰਨ ਵੀ ਪ੍ਰੋਵਾਈਡ। ਸੋ ਅਗਰ ਤੁਸੀਂ ਵੀ ਫੈਮਲੀ ਨਾਲ ਬਾਹਰ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਵਿਨਯੋਰ ਇੰਗਲਿਸ਼ 'ਤੇ ਜ਼ਰੂਰ ਵਿਜ਼ਿਟ ਕਰੋ। ਵੀ ਆਰ ਨੋਟ ਏਜੰਟਸ, ਵੀ ਆਰ ਐਜੂਕੇਸ਼ਨਿਸਟ। ਸੋ ਸਾਡਾ ਪਰਪਸ ਹੁੰਦਾ ਹੈ ਕਿ ਅਗਰ ਤੁਹਾਡੀ ਫਾਈਲ ਜਿੱਥੇ ਐਲੀਜੀਬਲ ਅਸੀਂ ਉੱਥੇ ਲਗਾਉਂਦੇ ਹਾਂ, ਅਸੀਂ ਇੱਦਾਂ ਨਹੀਂ ਕਰਦੇ ਕਿ ਲਿਆਓ ਜੀ ਅਸੀਂ ਸਟਾਰਟ ਕਰ ਦਈਏ। ਸੋ ਅੱਜ ਹੀ ਵਿਜ਼ਿਟ ਕਰੋ ਫੋਰ ਦਾ ਰਾਈਟ ਗਾਈਡੈਂਸ, ਔਰ ਯੂ ਕੈਨ ਡਾਇਰੈਕਟਲੀ ਕਾਲ ਮੀ ਐਟ 7973170270। ਥੈਂਕ ਯੂ।